ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਧੀ ਸੱਚ ਨਾਨਕ ਹੋਸੀ ਧੀ ਸੱਚ ਪਰਮ ਪਾਵਨ ਭਗਤ ਵਚਨ ਕੀਰਤਨ ਦਾਨ ਜੁਗੋ ਜੁਗ ਅਟਲ ਚਵਰ ਛਤਰ ਤਦਰ ਤੇ ਮਾਲਕ ਗੁਰਪਤੀ ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੱਚ ਖੜੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦ ਮਾਰੇ ਗੁਰੂ ਸ੍ਰੀ ਖਾਲਸਾ ਸਾਹਿਬ ਸੰਗਤ ਜੀਓ ਪਿਆਰ ਅਤੇ ਸਤਿਕਾਰ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਤੇ ਟਿਕਾਓ ਸੀਸ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਬੱਤ ਮਾਈ ਭਾਈ ਪਰਮ ਪੂਜਨੀਕ ਸਤਿਕਾਰ ਜੋ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਹੋਇਆ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਨ ਤੇ ਨਾਨਕ ਪੂਰਨ ਸੋਈ ਸੰਤ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰ ਕੋਵਾਲ ਵਾਲੇ ਮਹਾਂਪੁਰਖਾਂ ਜੀ ਦੇ ਜਨਮ ਦਿਨ ਦੇ ਉੱਪਰ ਅੱਜ ਸਮੂਹ ਸੰਗਤਾਂ ਇਕੱਤਰ ਹੋਏ ਹੋ ਕਿਉਂਕਿ ਜਿੱਥੇ ਸੰਸਾਰ ਵਿੱਚ ਹਰ ਇੱਕ ਮਾਤਾ ਪਿਤਾ ਆਪਣੇ ਪੁੱਤਰ ਨੂੰ ਚਾਹੁੰਦਾ ਉੱਥੇ ਰੱਬ ਵੀ ਪਰਮੇਸ਼ਰ ਕਾਲਪੁਰਖ ਵੀ ਆਪਣੇ ਪੁੱਤਰ ਨੂੰ ਚਾਹੁੰਦਾ ਹੈ। ਜਿੱਥੇ ਸੰਸਾਰ ਵਿੱਚ ਕੋਈ ਵੀ ਮਾਤਾ ਪਿਤਾ ਜਦੋਂ ਮਾਤਾ ਪਿਤਾ ਦੇ ਘਰ ਵਿੱਚ ਬੱਚਾ ਬੱਚੀ ਜਨਮ ਲੈਂਦਾ ਮਾਤਾ ਪਿਤਾ ਬੜਾ ਖੁਸ਼ ਹੁੰਦਾ ਹੈ, ਪਰ ਜਦੋਂ ਪਰਮਾਤਮਾ ਦੇ ਘਰ ਵਿੱਚ ਪਰਮਾਤਮਾ ਦਾ ਸਪੁੱਤਰ ਪੈਦਾ ਹੁੰਦਾ ਉਦੋਂ ਰੱਬ ਵੀ ਬੜਾ ਖੁਸ਼ ਹੁੰਦਾ ਹੈ। ਜਿਸ ਤਰ੍ਹਾਂ ਸੰਸਾਰਿਕ ਤੌਰ ਤੇ ਕਿਸੇ ਦੇ ਘਰ ਵਿੱਚ ਪੁੱਤਰ ਬੱਚੀ ਬੱਚਾ ਨਾ ਹੋਵੇ ਉਹਨੂੰ ਔਂਤਰਾ ਕਰਦਾ ਕਿਹਾ ਜਾਂਦਾ, ਪਰ ਇੱਥੇ ਰੱਬ ਦਿਆਂ ਪਿਆਰਿਆਂ ਨੇ ਕਿਹਾ ਹੈ ਸੰਤ ਸਾਈਂ ਦੇ ਲਾਡਲੇ ਸੰਤ ਸਾਈਂ ਦੇ ਪੂਤ ਸੰਤ ਨਾ ਹੋਤੇ ਜਗਤ ਮੈਂ ਵਿਧਾਤਾ ਜਾਤਾ ਪੂਤ। ਕਹਿੰਦੇ ਆ ਜੇ ਸੰਸਾਰ ਵਿੱਚ ਵਾਹਿਗੁਰੂ ਦੇ ਸਪੁੱਤਰ ਸੰਤ ਮਹਾਂਪੁਰਖ ਨਾ ਹੁੰਦੇ ਤਾਂ ਰੱਬ ਨੇ ਵੀ ਔਂਤਰਾ ਨਖਤਰਾ ਰਹਿਣਾ ਸੀ। ਔਰ ਸੰਸਾਰੀ ਪੁੱਤਰ ਵਿੱਚ ਤੇ ਰੱਬ ਦੇ ਪੁੱਤਰ ਵਿੱਚ ਬਹੁਤ ਵੱਡਾ ਅੰਤਰ ਹੈ। ਜਿਹੜਾ ਸੰਸਾਰ ਦਾ ਲੋਕ ਨੇ ਆਪਣੇ ਪੁੱਤਰ ਨੂੰ ਸੰਸਾਰੀ ਕਾਰੋਬਾਰ ਦੱਸਦੇ ਹੈ, ਪਰ ਜਿਹੜਾ ਰੱਬ ਹੈ ਉਹ ਆਪਣੇ ਪੁੱਤਰ ਨੂੰ ਇੱਕ ਅਨੋਖਾ ਇੱਕ ਸੰਸਾਰ ਦੇ ਉੱਪਰ ਰਸਤਾ ਦੱਸਦਾ ਹੈ। ਜਿਸ ਤਰ੍ਹਾਂ ਕਮਲ ਦਾ ਫੁੱਲ
ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਪਾਣੀ ਤੋਂ ਨਰਲੇਪ ਰਹਿੰਦਾ ਹੈ, ਪਰ ਜਿਹੜਾ ਰੱਬ ਦਾ ਪਿਆਰਾ ਹੈ ਉਹ ਕਮਲ ਦੀ ਫੁੱਲ ਦੀ ਨਿਆਈ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਨਿਆਰਾ ਪਰ ਲੱਗਦਾ ਹੈ। ਬਾਣੀ ਕਹਿੰਦੀ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ। ਰੱਬ ਦੇ ਪਿਆਰੇ ਤੇ ਭਗਤਾਂ ਕਦੇ ਜੋੜ ਨਹੀਂ ਆਉਂਦਾ, ਆਪਸ ਵਿੱਚ ਵਿਚਾਰ ਨਹੀਂ ਲੱਗਦੇ। ਸੰਸਾਰੀ ਨੇ ਕਹਿਣਾ ਮੇਰਾ ਕਾਰੋਬਾਰ ਹੋਣਾ ਚਾਹੀਦਾ, ਪਰ ਰੱਬ ਦੇ ਪਿਆਰੇ ਨੇ ਕਹਿਣਾ ਮੇਰਾ ਜਿਹੜਾ ਅਸਲੀ ਕਾਰੋਬਾਰ ਹੈ ਜਿੰਨਾ ਔਰ ਮਿਹਨਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ। ਰੱਬ ਦੇ ਪਿਆਰੇ ਨੇ ਰੱਬ ਤੋਂ ਨਾਮ ਮੰਗਣਾ, ਨਾਮ ਸੰਸਾਰੀ ਜੀਵ ਨੇ ਉਸ ਰੱਬ ਤੋਂ ਕੀ ਮੰਗਣਾ ਹੈ, ਮੈਨੂੰ ਦੁੱਧ ਦੇ ਦੇ, ਪੁੱਤ ਦੇ ਦੇ, ਜਿਆਦੀ ਦੌਲਤ ਹੋਵੇ, ਧਨ ਹੋਵੇ, ਮੇਰੇ ਬੱਚਿਆਂ ਆਗਿਆਕਾਰੀ ਹੋਣ, ਬਸ ਸੰਸਾਰੀ ਲੋਕਾਂ ਦੀ ਇੱਥੋਂ ਇੱਕ ਦੌੜ ਹੈ। ਸਤਸੰਗ ਜੀ ਜਿਹੜੇ ਰੱਬ ਦੇ ਪਿਆਰੇ ਹੈ, ਔਰ ਇਹ ਜੀਵਨ ਮਿਲਦਾ ਕਿੱਥੋਂ ਹੈ? ਇਹ ਜੀਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਗੁਰਾਂ ਦੇ ਚਰਨਾਂ ਤੋਂ ਪ੍ਰਾਪਤ ਹੁੰਦਾ ਹੈ। ਇਹਦੀ ਰਮਤਾ ਕਦੋਂ ਹੁੰਦੀ ਹੈ? ਜਦੋਂ ਬੱਚੀ ਬੱਚਾ ਜਨਮ ਲੈਂਦਾ ਹੈ ਉਦੋਂ ਤੋਂ ਹੀ ਚੰਗੇ ਸ਼ੁੱਧ ਸੰਸਕਾਰ ਗੁਰਮੁਖ ਮਰਜ਼ਾਦਾ ਅਨੁਸਾਰ ਹੋਣ ਤੇ ਉਹ ਬੱਚੀ ਬੱਚੇ ਦਾ ਮਾਰਗ ਪੰਥ ਵਾਲਾ ਹੋਇਆ ਕਰਦਾ ਹੈ। ਉਹ ਮਾਰਗ ਤੇ ਕਿਵੇਂ ਚੱਲਣਾ ਹੈ, ਉਹ ਮਾਰਗ ਕਿਹੜਾ ਹੈ, ਉਹ ਮਾਰਗ ਸਾਨੂੰ ਪ੍ਰਾਪਤ ਕਿੱਥੋਂ ਹੋਵੇਗਾ? ਸਤਸੰਗ ਜੀ ਜਦੋਂ ਵੀ ਬੱਚੀ ਬੱਚਾ ਜਨਮ ਲੈਂਦਾ ਹੈ, ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਹੁਕਮ ਕਰ ਦਿੱਤਾ ਹੈ ਕਿ ਜਦੋਂ ਵੀ ਗੁਰਸਿੱਖ ਦੇ ਘਰ ਵਿੱਚ ਬੱਚੀ ਬੱਚਾ ਜਨਮ ਲੈਂਦਾ ਹੈ ਉਦੋਂ ਬੱਚੀ ਬੱਚੇ ਦਾ ਇਸ਼ਨਾਨ ਕਰਵਾ ਕੇ ਬੜੇ ਪਿਆਰ ਦੇ ਨਾਲ ਇੱਕ ਗੁਰੂ ਕਾ ਸਿੱਖ ਪਿਆਰ ਪ੍ਰਤਿਆਰ ਗੁਰੂ ਭਾਵਨਾ ਵਾਲਾ ਹੋਵੇ, ਛੋਟੇ ਛੋਟੇ ਪੰਜ ਪਤਾਸੇ ਸਰਬ ਲੋਹੇ ਦੇ ਬਾਟੇ ਵਿੱਚ ਪਾ ਕੇ ਔਰ ਸ੍ਰੀ ਸਾਹਿਬ ਦੇ ਨਾਲ ਨਹਾਵੇ, ਫਿਰ ਜਪਜੀ ਸਾਹਿਬ ਦਾ ਸਪੂਰਨ ਪਾਠ ਕਰਕੇ ਉਹ ਜਿਹੜਾ ਅੰਮ੍ਰਿਤ ਬਣ ਜਾਂਦਾ ਹੈ ਬੱਚੀ ਬੱਚੇ ਦੇ ਮੁੱਖ ਵਿੱਚ ਪੰਜ ਵਾਰ ਪਾਉਣਾ ਹੈ। ਅੰਮ੍ਰਿਤ ਪਾ ਕੇ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡਾ ਜਨਮ ਸੰਸਕਾਰ ਹੈ ਔਰ ਜਿਹਨਾਂ ਦਾ ਇਸ ਤਰੀਕੇ ਨਾਲ ਜਨਮ ਸੰਸਕਾਰ ਹੋ ਜਾਂਦਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਗੁਰਸਿੱਖਾਂ ਨੂੰ ਆਪਣੇ ਲੜ ਲਾ ਲੈਂਦੇ ਹੈ। ਪਰਮ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਗੁਰਤਾਰੇ ਵਾਲੇ ਮਹਾਂਪੁਰਖ ਪਹੁੰਚੇ ਹਨ, ਜੀਓ ਆਇਆ ਹੈ। ਖਾਲਸਾ ਜੀ ਆਪਾਂ ਮਨ ਵਿੱਚ ਵਿਚਾਰ ਕਰਨੀ ਹੈ ਕਿ ਇਸ ਮਾਰਗ ਦੇ ਅਸੀਂ ਕਿਤਨੇ ਕੁ ਪਾਉਂਦੇ ਹਾਂ, ਕਿੰਨਾ ਕੁ ਅਸੀਂ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਾਂ, ਕਿੰਨੇ ਕੁ ਅਸੀਂ ਆਪਣੇ ਜੀਵਨ ਵਿੱਚ
ਔਰ ਗੁਰਮਤ ਅਨੁਸਾਰ ਸੰਸਕਾਰ ਪੈਦਾ ਕਰਦੇ ਹਾਂ ਉਹ ਬਹੁਤ ਘੱਟ ਹੀ ਪਰਿਵਾਰ ਹੁੰਦੇ ਹੈ ਜਿਨ੍ਹਾਂ ਦੇ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ। ਦਾਸ ਕੱਲ ਹੀ ਆਇਆ ਸੀ ਮਲੋੜ ਦੇ ਲਾਗੇ, ਰਾਤ ਸ਼ਾਮ ਨੂੰ ਇਹ ਗੁਰਮੁਖ ਪਿਆਰਾ ਮਿਲ ਗਿਆ। ਕਹਿਣ ਲੱਗਾ ਕਿ ਤੁਹਾਨੂੰ ਮੈਂ ਸਵਾਲ ਕਰਨੇ, ਸਵਾਲ ਸਤਸੰਗ ਜੀ ਜਿਹਦੇ ਮਨ ਵਿੱਚ ਆਪਣੇ ਗੁਰੂ ਪ੍ਰਤੀ ਸ਼ੰਕਾ ਹੈ ਉਹ ਗੁਰੂ ਦਾ ਸਿੱਖ ਕਿਵੇਂ ਕਹਾ ਸਕਦਾ? ਮੈਂ ਭਾਈ ਦੱਸ, ਜੇ ਤੇਰੇ ਸਵਾਲਾਂ ਦਾ ਜਵਾਬ ਦੇ ਸਕੇ ਤੇ ਜ਼ਰੂਰ ਦੇਵਾਂਗੇ, ਨਹੀਂ ਤਾਂ ਹੋਰ ਗੁਰਸਿੱਖ ਨੂੰ ਇਹਨੂੰ ਫੋਨ ਨੰਬਰ ਦੇ ਦਾਂਗੇ, ਗੁਰਸਿੱਖ ਦੀ ਨਾਲ ਤੇਰੀ ਗੱਲ ਕਰਾ ਦਾਂਗੇ। ਕਹਿਣ ਲੱਗਾ ਕਿ ਕੀ ਤੁਸੀਂ ਦਸਵੇਂ ਪਾਤਸ਼ਾਹ ਮਹਾਰਾਜ ਜਿਹੜੀ ਬਾਣੀ ਕਹਿੰਦੇ ਹੋ ਦਸਮ ਗ੍ਰੰਥ ਨੂੰ ਉਹ ਗੁਰੂ ਮੰਨਦੇ ਹੋ? ਮੈਂ ਕਿਹਾ ਹਾਂ, ਮੈਂ ਤਾਂ ਉਹਨੂੰ ਗੁਰੂ ਮੰਨਦਾ। ਬੜਾ ਔਖਾ ਜਿਹਾ ਹੋਇਆ। ਕਹਿਣ ਲੱਗਾ ਜੀ ਉਹ ਕਿਵੇਂ ਗੁਰੂ ਦੀ ਬਾਣੀ ਹੋ ਸਕਦੀ ਹੈ? ਦਾਸ ਨੇ ਬੇਨਤੀ ਕੀਤੀ, ਗੁਰਮੁਖ ਪਿਆਰਿਆ ਜੋ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਹੈ ਨਾ, ਜਦੋਂ ਤੁਸੀਂ ਘਰ ਵਿੱਚ ਕੋਈ ਖੰਡ ਪਾਠ ਸਾਹਿਬ ਆਰੰਭ ਕਰਵਾਇਆ? ਕਹਿਣ ਲੱਗਾ ਹਾਂ ਜੀ, ਅਸੀਂ ਤਾਂ 6 ਮਹੀਨਿਆਂ ਪਿੱਛੋਂ ਹੀ ਖੰਡ ਪਾਠ ਸਾਹਿਬ ਆਰੰਭ ਕਰਾਉਣੇ ਆ, ਸਹਿਜ ਪਾਠ ਆਰੰਭ ਕਰਦੇ ਆ। ਮੈਂ ਰੋਲੀ ਨਿਤਰੇਮ ਕਰਦਾ। ਕਹਿਣ ਲੱਗਾ ਹਾਂ ਜੀ। ਦਾਸ ਨੇ ਬੇਨਤੀ, ਗੁਰਮੁਖ ਪਿਆਰਿਆ ਸਾਡੇ ਸਾਰੇ ਕਾਰਜ ਹੀ ਦਸਮ ਦੇ ਪਾਤਸ਼ਾਹ ਦੀ ਬਾਣੀ ਤੋਂ ਪ੍ਰਾਰੰਭ ਹੁੰਦੇ ਹੈ। ਹੋਰ ਔਖਾ ਹੋ ਗਿਆ। ਕਹਿਣ ਲੱਗਾ ਕਿਵੇਂ ਹੁੰਦੇ ਹੈ? ਬੇਨਤੀ ਕੀਤੀ ਗੁਰਮੁਖ ਪਿਆਰਿਆ, ਪਹਿਲੋ ਇਹ ਦੱਸ ਕਿ ਜਦੋਂ ਨਿਤਨੇਮ ਕਰਕੇ ਦੋਵੇਂ ਸਮੇਂ ਅਰਦਾਸ ਕਰਦਾ ਉਦੋਂ ਕਿਹੜੇ ਬਾਪੂ ਦੀ ਅਰਦਾਸ ਕਰਦਾ, ਕਿਹੜੇ ਸ਼ਬਦ ਇਹਨਾਂ? ਕਹਿਣ ਲੱਗਾ ਜੀ ਮੈਂ ਕਹਿੰਦਾ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਪ੍ਰਿਤਮ ਭਗਾਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਈ ਸਹਾਇ। ਮਹਾਂਪਾਈ ਰੁਕ ਜਾ। ਬੇਨਤੀ ਕੀਤੀ ਗੁਰਮੁਖ ਪਿਆਰਿਆ ਇਹ ਦਸਮ ਬਾਣੀ ਦੇ ਵਚਨ ਨੇ ਜਿਹੜੇ ਦੇ ਨਾਲ ਸਾਡੇ ਕਾਰਜ ਪ੍ਰਾਰੰਭ ਹੁੰਦੇ ਹੈ, ਜਿਹਦੇ ਨਾਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਨਾ ਹੈ। ਸਿੱਖ ਨੇ ਅਰਦਾਸ ਕੋਈ ਵੀ ਬੇਨਤੀ ਕਰਨੀ ਹੈ ਪਹਿਲਾਂ ਦਸਵੇਂ ਸਤਿਗੁਰ ਮਹਾਰਾਜ ਦੀ ਬਾਣੀ ਤੈਨੂੰ ਪੜ੍ਹਨੀ ਪਵੇਗੀ। ਮੈਂ ਕਿਹਾ ਭਾਈ ਇੱਥੇ ਬਸ ਨੀ, ਆਦੂ ਖੰਡੇ ਬਾਣ ਦਾ ਅੰਮ੍ਰਿਤ ਪਾਇਆ ਛਕਿਆ ਹੋਇਆ ਹੈ, ਸ੍ਰੀ ਸਾਹਿਬ ਪਹਿਨੀ ਹੋਈ ਹੈ, ਪਹਿਲੋਂ ਮੈਨੂੰ ਇਹ ਦੱਸ ਕੇ ਤੂੰ ਕਿਹੜੀਆਂ ਪੰਜਾਂ ਬਾਣੀਆਂ ਦਾ ਅੰਮ੍ਰਿਤ ਸੰਚਾਰ ਕੀਤਾ ਸੀ? ਚੁੱਪ ਕਰ ਗਿਆ। ਬੇਨਤੀ ਕੀਤੀ ਗੁਰਮੁਖ ਪਿਆਰਾ ਦੱਸ। ਕਹਿਣ ਲੱਗਾ ਜੀ ਜਪਜੀ ਸਾਹਿਬ ਜਦੋਂ ਜਾਪ ਸਾਹਿਬ ਤੇ ਆਇਆ ਨਾ ਥੋੜਾ ਜਿਹਾ ਜ਼ਬਾਨ ਦਬਾਉਣ ਲੱਗਾ। ਬੇਨਤੀ ਕੀਤੀ ਭਾਈ ਸਾਰੀਆਂ ਬਾਣੀਆਂ ਦੇ ਨਾਮ ਦੱਸ। ਕਹਿਣ ਲੱਗਾ ਜਾਪ ਸਾਹਿਬ ਕੋਈ ਪ੍ਰਸਾਦ ਸੋਈਏ 24 ਸਾਹਿਬ ਸ੍ਰੀ ਅਨੰਦ ਸਾਹਿਬ ਸਪੁਰ। ਕਿਹਾ ਭਾਈ ਗੁਰੂ ਪਿਆਰਿਆ ਜੀ ਤਿੰਨ ਬਾਣੀਆਂ ਆਪਾਂ ਅੰਮ੍ਰਿਤ ਸੰਚਾਰ ਤੇ ਪੜ੍ਹਦੇ ਹਾਂ, ਇਹ ਦਸਮ ਗ੍ਰੰਥ ਵਿੱਚੋਂ ਹੈ, ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ, ਫਿਰ ਤੂੰ ਕਿਤੇ ਕੀਰਤਨ ਸੋਹਿਲਾ ਪੜ੍ਹ ਕੇ ਉਹ ਵੀ ਬਾਣੀ ਹੈ ਨਾ, ਆਸਾ ਜੀ ਦੀ ਵਾਰ ਦਾ ਪਾਠ ਕਰਕੇ ਕਦੇ ਅੰਮ੍ਰਿਤ ਸੰਚਾਰ ਕੀਤਾ ਹੀ? ਕਹਿਣ ਲੱਗਾ ਜੀ ਇਹ ਕਿਵੇਂ ਹੋ ਸਕਦਾ, ਨਹੀਂ ਹੋ ਸਕਦਾ। ਦਾਸ ਨੇ ਬੇਨਤੀ ਕੀਤੀ ਗੁਰਮੁਖ ਪਿਆਰਿਆ ਜਿਹੜਾ ਵੀ ਬਾਣੀ ਤੇ ਸ਼ੰਕਾ ਕਰਨ ਵਾਲਾ ਹੈ ਉਹ ਕਦੇ ਵੀ ਗੁਰੂ ਦਾ ਸਿੱਖ ਨਹੀਂ ਹੋ ਸਕਦਾ।
ਫਿਰ ਕਹਿਣ ਲੱਗਾ ਮੈਂ ਸੰਤ ਬਾਬਾ ਜਰਨੈਲ ਸਿੰਘ ਦਾ ਬੜਾ ਸ਼ਰਧਾਲੂ, ਬੜਾ ਮੈਂ ਉਹਨਾਂ ਬਚਨ ਮੰਨਦਾ। ਮਹਾਂਪੇ ਆ ਜਾ ਫਿਰ ਉਹਨਾਂ ਬਚਨਾਂ ਤੇ। ਮਹਾਂਪੀ 14 ਕੈਸਟਾਂ ਮਹਾਂਪੁਰਖਾਂ ਦੀਆਂ ਪ੍ਰਚਾਰ ਦੀਆਂ, 14 ਦੀਆਂ 14 ਸੁਣ, ਜਿਹਦੇ ਵਿੱਚ ਗੁਰਤੇਜ ਸਿੰਘ ASI ਆਏ ਸੀ। ਉਹਨਾਂ ਸਵਾਲ ਕੀਤਾ, ਮਹਾਂਪੁਰਖੋ ਆਹ ਜਿਹੜੇ ਦਸਮ ਗ੍ਰੰਥ ਨੂੰ ਤੁਸੀਂ ਕੀ ਮੰਨਦੇ ਹੋ? ਕਹਿਣ ਲੱਗੇ ਜੇ ਤਾਂ ਪੁੱਛ ਕਰਨਾ ਸ਼ਰਧਾਲੂ ਬਣ ਕੇ, ਫਿਰ ਤੈਨੂੰ ਦੱਸ ਦੇਣਾ ਇਹ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ। ਮਹਾਂਪੁਰਖੋ ਕਿਵੇਂ ਬਾਣੀ? ਮਹਾਂਪੁਰ ਕਹਿਣ ਲੱਗੇ ਭਾਈ ਇਹ ਗੁਰਗੋਬ ਸਿੱਖ ਵੀ ਪੜ੍ਹ ਸਕਦਾ, ਫਿਰ ਇਹ ਪੜ੍ਹੇਗਾ ਸੂਰਵੀਰ ਯੋਧਾ ਸਿਰਲਤ ਯੋਧਾ, ਇਹ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ। ਖਾਲਸਾ ਜੀ 1 ਓਅੰਕਾਰ ਤੋਂ ਲੈ ਕੇ 18-10-20 ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਖਰ ਅੱਖਰ ਤੇ ਗੁਰੂ ਭਾਵਨਾ ਰੱਖਣੀ ਹੈ। ਮੈਂ ਫਿਰ ਬੇਨਤੀ ਕੀਤੀ, ਭਾਈ ਕਈ ਕਹਿੰਦੇ ਸੋਈਏ ਗੁਰੂ ਕੀ ਬਾਣੀ ਨਹੀਂ, ਭੱਟਾਂ ਦੀ ਬਾਣੀ ਨਹੀਂ, ਭਗਤਾਂ ਦੀ ਬਾਣੀ ਤੂੰ ਮੰਨ ਲਏਗਾ? ਕਹਿਣ ਲੱਗਾ ਨਹੀਂ ਜੀ, ਖਾਲਸਾ ਜੀ ਆਪਾਂ ਗੁਰੂ ਕੀ ਬਾਣੀ ਤੇ ਕਦੇ ਵੀ ਸ਼ੰਕਾ ਨਹੀਂ ਕਰਨਾ, ਗੁਰੂ ਕੇ ਸਿੱਖ ਬਣੀਏ। ਸੁਰਦਾਸ ਬੇਨਤੀ ਕਰੇ ਜੀ ਵੀ ਸ਼ਬਦ ਦੇ ਸਿੱਖ, ਮਹਾਨ ਸਿੱਖ ਜਰਨੈਲ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦਾ ਸ਼ਹੀਦੀ ਸਮਾਗਮ 5 ਤੇ 6 ਜੂਨ ਨੂੰ ਦਮਦਮੀ ਟਕਸਾਲ ਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਸਮੂਹ ਸੰਗਤਾਂ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਸਾਰੀਆਂ ਜਿੰਨੀਆਂ ਵੀ ਸੰਤ ਸਿੱਖ ਸੰਪਰਦਾਵਾਂ ਮਹਾਂਪੁਰਖ ਬੈਠੇ ਹੋ, ਗੁਰੂ ਦੀਆਂ ਸੰਗਤਾਂ ਬੈਠੇ ਹੋ, ਬਾਬਾ ਜੀ ਵੀ ਆਏ ਹੈ। ਦਾਸ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੇ 5 ਤੇ 6 ਜੂਨ ਨੂੰ ਹਾਜ਼ਰੀਆਂ ਭਰਨੀਆਂ, ਔਰ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਆਪਾਂ ਸ਼ਰਧਾਂਜਲੀ ਅਰਪਣ ਕਰਨੀ ਹੈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ। ਸਾਰੀਆਂ ਸੰਗਤਾਂ ਨੇ ਹੁਮ ਆ ਕੇ ਪਹੁੰਚਣ ਦੀ ਕਿਰਪਾਲਣਾ ਕਰਨੀ ਹੈ। ਇਹ ਬੇਨਤੀ ਦਮਦਮੀ ਟਕਸਾਲ ਦੇ ਲੋਕੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਵੱਲੋਂ ਹੈ, ਔਰ ਮਹਾਂਪੁਰਖਾਂ ਨੇ ਵੀ ਆਉਣਾ। ਦਾਸ ਨੂੰ ਵੀ ਹੁਕਮ ਕੀਤਾ ਸੀ ਕਿ ਤੁਸੀਂ ਵੀ ਥਾਂ ਪਤਾ ਜਾ ਕੇ ਸਾਰੀਆਂ ਸੰਗਤਾਂ ਨੂੰ ਮਹਾਂਪੁਰਖਾਂ ਨੂੰ ਬੇਨਤੀ ਕਰਨੀ ਹੈ। ਬਾਬਾ ਜੀ ਬਾਬਾ ਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਇੰਨੀਆਂ ਬੇਨਤੀਆਂ ਕਰਦੇ ਹੋ ਦਾਸ ਜਮਾਂ ਦੇ ਚਾਚ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਕਿਉਂਕਿ ਜਥੇਦਾਰ ਸੁਖਦੇਵ ਸਿੰਘ ਜੀ ਦਮਦਮੀ ਟਕਸਾਲ